بسم اللہ الرحمن الرحیم السلام علیکم ناظرین میں ਤੁਹਾਡਾ ਮੇਜ਼ਬਾਨ قاضی حسنین ਅਰਾਈ ਉਬਰਦਾ ਪੰਜਾਬ ਚੈਨਲ ਦਾ ਹਮੇਸ਼ਾ ਇਹ ਦੀ ਰਵਾਇਤ ਰਹੀ ਆ ਕਿ ਇਹਨੇ ਹਰ ਉਬਰਦਾ ਹੋਇਆ ਕਲਚਰ ਉਬਰਦੀ ਹੋਈ ਸਕਾਫਤ ਜਾਂ ਉਬਰਦਾ ਹੋਇਆ ਟੈਲੈਂਟ ਨੂੰ ਅੱਗੇ ਲਿਆ ਕੇ ਇੰਟਰਵਿਊ ਕਰਕੇ ਪ੍ਰਮੋਟ ਕਰਨ ਦੀ ਬਕਾਇਦਾ ਕੋਸ਼ਿਸ਼ ਕੀਤੀ ਆ ਅੱਜ ਵੀ ਮੇਰੇ ਨਾਲ ਜਿਹੜਾ ਟੈਲੈਂਟ ਆ ਇਹ ਉਬਰਦਾ ਹੋਇਆ ਟੈਲੈਂਟ ਆ ਚੌਧਰੀ ਹੀਰਾ ਜੱਟ ਸਾਹਿਬ ਆ ਪਾਕਿਸਤਾਨ ਮੁਸਲਮ لیگ نون دے نائب صدر ਆ ਜੀ انہاں دے نال گل بات کردے ہاں ਔਰ ਇਹਨਾਂ ਦੇ ਸਿਆਸਤ ਦੇ ਹਵਾਲੇ ਦੇ ਨਾਲ ਕੀ تاਸੁਰਾਤ ਨੇ ਆਇਂਦਾ ਇਲੈਕਸ਼ਨ ਦੇ ਵਿੱਚ ਕੀ ਲਾਹੇ ਹਮਲਾ ਔਰ ਇਹਨਾਂ ਨੇ ਸਿਆਸਤ ਦਾ ਆਗਾਜ਼ ਕਿਦੋਂ ਕਿਉਂ ਕਿਸ ਵੇਲੇ ਤੋਂ ਕੀਤਾ ਕਿਹੜੇ ਸਿਆਸਤਦਾਨ ਤੋਂ متاثر ਆ ਸਾਰੀਆਂ ਗੱਲਾਂ ਤੁਹਾਨੂੰ ਇਸ ਇੰਟਰਵਿਊ ਚ ਲੱਭਣਗੀਆਂ ਇਨਸ਼ਾਅੱਲਾ ਬੜਾ ਪੋਜ਼ਿਟਿਵ ਔਰ ਬੜਾ ਮੁਸਮਤ ਇੰਟਰਵਿਊ ਹੋਣ ਜਾ ਰਿਹਾ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਆਖਰ ਤੱਕ ਦੇਖਣਾ ਤੇ ਆਪਣੀ ਰਾਏ ਕਮੈਂਟ ਬਾਕਸ ਚ ਲਾਜ਼ਮੀ ਦੇਣੀ ਆ ਚਲੋ ਇੰਟਰਵਿਊ ਦਾ ਆਪਾਂ ਆਗਾਜ਼ ਕਰਦੇ ਆ ਅਸਲਾਮੁਅਲੈਕੁਮ ਜੀ ਵਅਲੈਕੁਮ ਸਲਾਮ ਹੀਰਾ ਜੱਟ ਸਾਹਿਬ ਕੀ ਹਾਲ ਚਾਲ ਆ ਜੀ ਅੱਲਾ ਬਾਖ ਦਾ ਬੜਾ ਕਰਮ ਸ਼ੁਕਰ ਤੁਸੀਂ ਨਾਲ ਗਾਇਬ ਸਭ ਠੀਕ ਠਾਕ ਹੋ ਜੀ ਅਲ ਹਮਦੁਲਿਲਾਹ ਹੀਰਾ ਜੱਟ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਸੀਂ ਆਪਣੇ ਕੀਮਤੀ ਵਕਤ ਚੋਂ ਸਾਨੂੰ ਉਬਰਤਾ ਪੰਜਾਬ ਚੈਨਲ ਦੀ ਟੀਮ ਨੂੰ ਵਕਤ ਦਿੱਤਾ ਜੀ ਜੀ ਬਹੁਤ ਸ਼ੁਕਰੀਆ ਗਾਇਬ ਸਾਹਿਬ ਤੁਹਾਡਾ ਵੀ ਤੁਸੀਂ ਆਪਣੀ ਟੀਮ ਸਾਰੀ ਦੇ ਨਾਲ ਇੱਥੇ ਸਾਡਾ ਜੀ ਇੰਟਰਵਿਊ ਕਰਨਾ ਹੈ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ ਜੀ ਬਹੁਤ ਸ਼ੁਕਰੀਆ ਜੀ ਅੱਛਾ ਚੌਧਰੀ ਹੀਰਾ ਜੱਟ ਸਾਹਿਬ ਤੁਸੀਂ ਸਿਆਸਤ ਕਿਦੋਂ ਕੇ ਸੰਜ ਸ਼ੁਰੂ ਕੀਤੀ ਸਿਆਸਤ ਸਿਆਸਤ ਤੋਂ ਸ਼ੁਰੂ ਤੋਂ ਅਲ ਹਮਦੁਲਿਲਾਹ ਕਰ ਰਿਹਾ ਆ ਰਹੇ ਲੇਕਿਨ ਮੈਂ 2016 ਤੋਂ ਸ਼ੁਰੂ ਕੀਤੀ ਸੀਗੀ ਤੇ ਨਵਾਸੀ ਫਿਰ ਪਾਕਿਸਤਾਨ ਮੁਸਲਮ لیگ ਨੂਨ ਨੂੰ ਜੁਆਇਨ ਕੀਤਾ ਤੇ ਅਲਹਮਦੁਲਿਲਾ ਕਰਦਾ ਆਇਆ ਹੁਣ ਤੱਕ ਤੁਸੀਂ ਸਿਆਸਤ ਦਾ ਆਗਾਜ਼ ਕਿਉਂ ਕੀਤਾ ਹੁੰਦਾ ਨਾ ਕਿਸੇ ਨੂੰ ਬੰਦੇ ਨੂੰ ਨੌਕਰੀ ਦਾ ਲਾਲਚ ਹੁੰਦਾ ਜਾਂ ਕਿਸੇ ਨੂੰ ਕੋਈ ਲਾਲਚ ਹੁੰਦਾ ਤੁਸੀਂ ਸਿਆਸਤ ਚ ਆਏ ਕਿ ਇਸ ਵਜ੍ਹਾ ਤੋਂ ਅਸੀਂ ਤੇ ਨਾ ਕੋਈ ਨੌਕਰੀ ਦਾ ਲਾਲਚ ਵਾਸਤੇ ਆਏ ਨਾ ਕਿਸੇ ਮਤਲਬ ਵਾਸਤੇ ਆਏ ਸਿਰਫ ਇਬਾਦਤ ਕਰਨ ਵਾਸਤੇ ਆਏ ਆ ਕਿ ਲੋਕਾਂ ਦੇ ਕੋਈ ਕੰਮ ਆ ਕੋਈ ਪਰੇਸ਼ਾਨੀਆਂ ਅਸੀਂ ਹੱਲ ਕਰ ਸਕੀਏ ਹਰ ਜਗ੍ਹਾ ਤੇ ਉਹਨਾਂ ਦੀ ਆਵਾਜ਼ ਉਠਾ ਸਕੀਏ ਜਿਹੜੇ ਲੋਕ ਪਰੇਸ਼ਾਨ ਨੇ ਕਿਸੇ ਨੂੰ ਨਹੀਂ ਪਤਾ ਹੈਗਾ ਇਸ ਚੀਜ਼ ਦਾ ਅਸੀਂ ਇਸ ਵਾਸਤੇ ਆਏ ਕਿ ਇਬਾਦਤ ਕਰੀਏ ਲੋਕਾਂ ਦੀ ਖਿਦਮਤ ਹੈ ਖਲਕ ਵਾਸਤੇ اچھا ਬੋ ਸਿਆਸੀ ਜਮਾਤਾਂ ਤੋਂ ਹੋਰ ਵੀ ਕਾਫੀ ਸਾਰੀਆਂ ਹੈਗੀਆਂ ਨੇ ਤੁਸੀਂ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਹੀ ਇੰਤਖਾਬ ਕਿਉਂ ਕੀਤਾ ਅਸੀਂ ਜਦੋਂ ਹੋਇ ਸੰਭਾਲੀ ਆ ਮੁਸ਼ਰਫ ਦੌਰ ਗੁਜ਼ਰਿਆ ਵਾ ਉਸ ਤੋਂ ਬਾਅਦ ਪੀਪਲ ਪਾਰਟੀ ਦਾ ਦੌਰ ਆਇਆ ਪੀਪਲ ਪਾਰਟੀ ਦੇ ਦੌਰ ਦੇ ਵਿੱਚ ਅਸੀਂ ਕੋਈ ਐਸੀ ਚੀਜ਼ ਨਹੀਂ ਦੇਖੀ ਜਿਹਦੇ ਵਿੱਚ ਮੁਲਕ ਖੁਸ਼ਹਾਲ ਹੋਇਆ ਨਕਾਮੀ ਸੀ ਪਰੇਸ਼ਾਨੀਆਂ ਸੀ ਲੋਕਾਂ ਕੋਲ ਰੋਜ਼ਗਾਰ ਕੋਈ ਨਹੀਂ ਸੀ ਬਿਜਲੀ ਦੀ ਲੋਡ ਸ਼ੈਡਿੰਗ ਸੀ ਹਰ ਚੀਜ਼ ਰਦ ਨਾ ਮੁਲਕ ਦਾ ਨਿਜ਼ਾਮ ਦਰਮ ਬਰਮ ਸੀਗਾ 2016 ਦੇ ਵਿੱਚ ਨਵਾਜ਼ ਨੇ ਆ ਕੇ ਲੋਡ ਸ਼ੈਡਿੰਗ ਖਤਮ ਕੀਤੀ ਆ ਰੋਡਾਂ ਦਾ ਕੰਮ ਸ਼ੁਰੂ ਕਰਵਾਤਾ ਹਰ ਜਗ੍ਹਾ ਤੇ ਮੋਟਰ ਵੇ ਵਿਛਾ ਦਿੱਤਾ ਹੈਗਾ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸ ਫ੍ਰੀ ਕਰਾ ਦਿੱਤੀ ਆ ਹਸਪਤਾਲਾਂ ਦਾ ਨਿਜ਼ਾਮ ਅੱਛਾ ਕਰਤਾ ਠਾਣੇ ਕਿਚਾਰੀ ਦਾ ਨਿਜ਼ਾਮ ਅੱਛਾ ਕਰਤਾ ਰਿਸ਼ਵਤ ਤੋਂ ਬਗੈਰ ਕੰਮ ਹੁੰਦਾ ਸੀ ਹਰ ਕੋਈ ਸਾਫ਼ ਰੁੱਸਤਰਾ ਕੰਮ ਆ ਬੱਚਿਆਂ ਨੂੰ ਲੈਪਟਾਪ ਦਿੱਤੇ ਇਸ ਕਰਕੇ ਅਸੀਂ ਕੀਤਾ ਕੋਸ਼ਿਸ਼ ਕੀਤੀ ਕਿ ਇਸੇ ਨੂੰ ਜੁਆਇਨ ਕੀਤਾ ਜਾਵੇ ਔਰ ਇਨਸ਼ਾਅੱਲਾ ਇਹਦੇ ਨਾਲ ਰਹਿ ਕੇ ਲੋਕਾਂ ਦੀ ਖਿਦਮਤ ਹੋਣੀ ਆ ਔਰ ਇਨਸ਼ਾਅੱਲਾ ਕਰ ਰਿਹਾ ਜਟ ਸਾਹਿਬ ਮੇਰੇ ਨਾਲ ਮੌਜੂਦ ਨੇ ਇਹਨਾਂ ਦਾ ਇਹ ਕਹਿਣਾ ਵਾ ਕਿ ਸਿਆਸੀ ਵਰਕਰ ਨੂਨ ਲੀਗ ਦੇ ਜੀ ਬਹੁਤ ਪੁਰਾਣੇ ਔਰ ਸੀਨੀਅਰ ਵਰਕਰ ਨੇ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਪਾਕਿਸਤਾਨ ਮੁਸਲਮਨ ਲੀਗ ਨੂਨ ਦਾ ਵਰਕਰ ਅਸੀਂ ਵਰਕ ਇਸ ਤੋਂ ਕਰ ਰਹੇ ਹਾਂ ਕਿ ਪਾਕਿਸਤਾਨ ਮੁਸਲਮਨ ਲੀਗ ਨੂਨ ਨੂੰ ਅਸੀਂ ਜੁਆਇਨ ਇਸ ਤੋਂ ਕੀਤਾ ਕਿ ਪਾਕਿਸਤਾਨ ਮੁਸਲਮਨ ਲੀਗ ਨੂਨ ਹੀ ਉਹ ਜਮਾਤ ਆ ਜਿਨੇ ਪਾਕਿਸਤਾਨ ਦੇ ਵਿੱਚ ਡਿਲੀਵਰ ਕੀਤਾ ਜਿਨੇ ਝੂਠੇ ਵਾਦੇ ਨਹੀਂ ਕੀਤੇ ਹੈਗੇ ਇਸ ਨਾਲ ਇੰਟਰਵਿਊ ਦਾ ਆਪਾਂ ਅੱਗੇ ਸਿਲਸਲਾ ਬੜਾਣੇ ਆ ਚੋਦੀ ਹੀਰਾ ਜਟ ਸਾਹਿਬ ਮੈਨੂੰ ਹੁਣ ਇਹ ਦੱਸੋ ਕਿ ਤੁਹਾਡੇ ਸਿਆਸਤ ਦੇ ਵਿੱਚ ਫੇਵਰਟ ਸਿਆਸਤਦਾਨ ਕੌਣ ਨੇ ਕਿਸੇ ਵੀ ਪਾਰਟੀ ਦੀ ਹੋ ਸਕਦੇ ਆ ਜਿਹਦੇ ਜਿਹਦੇ ਨਾਲ ਤੁਸੀਂ ਮੁਤਾਸਰ ਹੋ ਕੇ ਸਿਆਸਤ ਚ ਆਏ ਆ ਫੇਵਰੂਅਰੀ ਸਿਆਸਤਦਾਨ ਤੇ ਨਵਾਜ਼ ਸ਼ਰੀਫਾ ਜੀ ਔਰ ਅਸੀਂ ਅਲਹਮਦੁਲਿਲਾ ਮੌਲਾਨਾ ਫਜ਼ਰ ਰਹਿਮਾਨ ਨੂੰ ਵੀ ਬੜਾ ਲਾਈਕ ਕਰਦੇ ਆਂ ਪਸੰਦ ਕਰਦੇ ਆਂ ਮਾਸ਼ਾਅੱਲਾ ਬੜੇ ਅੱਛੇ ਔਰ ਮੰਜੀ ਹੋਏ ਸਿਆਸਤਦਾਨ ਹੋ ਵੀ ਚੌਧਰੀ ਹੀਰਾ ਜੱਟ ਸਾਹਿਬ ਤੁਸੀਂ ਹੁਣ ਇਹ ਦੱਸੋ ਕਿ ਸਿਆਸਤ ਕਿਸ ਤਰ੍ਹਾਂ ਤੁਸੀਂ ਹੁਣ ਮਾਸ਼ਾਅੱਲਾ ਤੁਹਾਨੂੰ 8-10 ਸਾਲ ਹੋ ਗਏ ਸਿਆਸਤ ਦੇ ਵਿੱਚ ਅਗਰ ਕੋਈ ਬੰਦਾ ਨਵਾਂ ਆਂਦਾ ਵਾ ਉਹ ਚਾਹੁੰਦਾ ਕਿ ਮੈਂ ਸਿਆਸਤ ਕਰਾਂ ਉਹ ਕਿਸ ਤਰੀਕੇ ਨਾਲ ਸਿਆਸਤ ਦਾ ਆਗਾਜ਼ ਕਰੇ ਉਹਨੂੰ ਕਿੱਦਾਂ ਦੀ ਸਿਆਸਤ ਕਰਨੀ ਚਾਹੀਦੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਅੱਜਕੱਲ ਫਾਇਦਰੋ ਫਾਇਰ ਵਾਈ ਦੇ ਉਧਰੋ ਫਾਇਰ ਵਾਈ ਦੇ ਆ ਇਧਰੋਂ ਗਾਲੀਆਂ ਹੁੰਦੀਆਂ ਉਧਰੋਂ ਗਾਲੀਆਂ ਹੁੰਦੀਆਂ ਤੁਸੀਂ ਕੀ ਸਮਝਦੇ ਹੋ ਕਿ ਸਿਆਸਤ ਕਿੱਦਾਂ ਦੀ ਹੋਣੀ ਚਾਹੀਦੀ ਪਹਿਲੋ ਮੇਰਾ ਖਿਆਲ ਐਡੀ ਹਾਈਲਾਈਟ ਨਹੀਂ ਸੀ ਸਿਆਸਤ ਜੀ Imran Khan ਦਾ ਦੌਰ ਆਇਆ ਵਾ ਉਹਨਾਂ ਨੇ ਇੱਕ ਐਸੀ ਮੀਡੀਆ ਤਿਆਰ ਕਰ ਦਿੱਤੀ ਹੈ ਜਿਹੜੀ ਲੋਕਾਂ ਨੂੰ ਗਾਲੀ ਗਲੋਚ ਸ਼ੁਰੂ ਕਰਵਾ ਦਿੱਤੀ ਹੈਗੀ ਲੇਕਿਨ ਅਸੀਂ ਇਹ ਚਾਹੁੰਦੇ ਕਿ ਹਰ ਕੰਮ ਸਿਆਸਤ ਦਾ ਹੋਵੇ ਜਾਂ ਕੋਈ ਵੀ ਕੰਮ اخلاق ਦੇ ਦਾਇਰੇ ਚ ਹੋਣਾ ਚਾਹੀਦਾ ਔਰ ਅਸੀਂ ਅਲਹਮਦੁਲਿਲਾ ਕਰਦੇ ਪਿਆ ਅਸੀਂ ਪੀਟੀਆਈ ਦੇ ਲੋਕ ਆ ਜਾਂ ਪੀਪਲ ਪਾਰਟੀ ਦੇ ਜਾਂ ਕਿਸੇ ਵੀ ਜਮਾਤ ਦੇ ਦੋਸਤ ਆ ਉਹ ਸਾਡੇ ਭਾਈ ਵੀ ਆ ਛੋਟੇ ਆ ਕੋਈ ਵੱਡੇ ਆ ਕੋਈ ਸੀਨੀਅਰ ਆ ਕੋਈ ਸਾਡੇ ਤੋਂ ਜੂਨੀਅਰ ਲੇਕਿਨ ਅਸੀਂ ਇਹੀ ਚਾਹੁੰਦੇ ਆ ਕਿ اخلاق ਦੇ ਦਾਇਰੇ ਨਾਲ ਹਰ ਕੰਮ ਕਰਾਂ ਅਸੀਂ ਇਹ ਕਹਿੰਦੇ ਕਿ ਗਾਲੀ ਗਲੋਚੀਆਂ ਕੋਈ ਐਸਾ ਕੰਮ ਕਰਨ ਜਿਸ ਤੋਂ ਅਗਲੇ ਬੰਦੇ ਦੇ ਦਿਲ ਅਜ਼ਾਰੀ ਹੋਵੇ ਜਿਹੜਾ ਜੱਟ ਸਾਹਿਬ ਦਾ ਇਹ ਕਹਿਣਾ ਵਾ ਕਿ ਸਿਆਸਤ ਕਰਨੀ ਚਾਹੀਦੀ ਆ اخلاق ਦੇ ਦਾਇਰੇ ਅੰਦਰ ਰਹਿ ਕੇ ਕਰਨੀ ਚਾਹੀਦੀ ਆ تنਕੀਦ ਅਗਲੇ ਤੇ ਕਰੋ ਲੇਕਿਨ تنਕੀਦ ਬੜਾਏ ਇਸਲਾਹ ਹੋਵੇ ਉਹਦੀ ਦਿਲ ਅਜ਼ਾਰੀ ਨਾ ਹੋਵੇ ਦੂਸਰਾ ਹੀਰਾ ਜੱਟ ਸਾਹਿਬ ਨੂੰ ਮੈਂ ਸਵਾਲ ਕਰਾਂਗਾ ਕਿ ਤੁਸੀਂ ਪਾਕਿਸਤਾਨ ਮੁਸਲਮਨ لیگ ਨੂਨ ਦੇ ਵਰਕਰ ਹੋ ਤੁਸੀਂ ਪਾਕਿਸਤਾਨ ਮੁਸਲਮਨ لیگ ਨੂਨ ਦਾ ਅਗਲਾ ਜਿਹੜਾ ਇਲੈਕਸ਼ਨ ਦੇ ਵਿੱਚ ਮੁਸਕਵੀਰੇ ਦਾ ਕੀ ਦੇਖ ਰਹੇ ਹੋ ਅਸੀਂ ਤਾਂ ਇਨਸ਼ਾਅੱਲਾ ਦੇਖ ਰਹੇ ਆ ਕਿ ਜਿਸ ਤਰ੍ਹਾਂ 2013 ਤੋਂ ਬਾਅਦ ਨਵਾਸ਼ਰੀ ਨੇ ਮੁਲਕ ਨੂੰ ਸੰਭਾਲ ਲਿਆ ਹਰ ਜਗ੍ਹਾ ਤੇ ਰੋਡ ਬਿਚਾਏ ਲੋਡ ਸ਼ੈਡਿੰਗ ਦਾ ਖਾਤਮਾ ਕੀਤਾ ਸਭ ਤੋਂ ਮੇਨ ਕੰਮ ਜਿਹੜੀ ਸਾਡੇ ਮੁਲਕ ਦੇ ਵਿੱਚ ਵਬਾਹ ਫੈਲੀ ਸੀ ਦਹਿਸ਼ਤ ਕਰਦੀ ਦੀ ਉਹਨੂੰ ਖਤਮ ਕੀਤਾ ਅਸੀਂ ਇਨਸ਼ਾਅੱਲਾ ਅਗਲਾ ਲਾਇਮਨ ਵੀ ਇਹੀ ਦੇਖ ਰਹੇ ਹਾਂ ਕਿ ਅਗਰ ਅੱਲਾਹ ਪਾਕ ਨੇ ਅੱਲਾਹ ਦੇ ਫਜ਼ਲੋ ਕਰਮ ਨਾ ਨਵਾਸ਼ਦੀ ਦੀ ਦੁਆਰਾ ਹਕੂਮਤ ਆਂਦੀ ਆ ਇਨਸ਼ਾਅੱਲਾ ਜੋ ਬਚਿਆ ਸੀਗਾ ਜੋ Imran Khan ਨੇ ਗੰਦ ਪਾਇਆ 2013 ਤੋਂ ਬਾਅਦ 17 ਤੱਕ ਉਹ ਇਨਸ਼ਾਅੱਲਾ ਖਤਮ ਕਰਕੇ ਦੁਬਾਰਾ ਮੁਲਕ ਨੂੰ ਉਸੇ ਖੁਸ਼ਹਾਲੀ ਦੀ ਤਰਫ ਗਾਮਜ਼ਨ ਕਰਾਂਗੇ ਔਰ ਇਨਸ਼ਾਅੱਲਾ ਇਹ ਕੋਈ ਨਹੀਂ ਕਹਿ ਸਕਦਾ ਕਿ ਏਸ਼ੀਅਨ ਟਾਈਗਰ ਨਾ ਬਣੇ ਪਾਕਿਸਤਾਨ ਇ ਇਨਸ਼ਾਅੱਲਾ ਇਨਸ਼ਾਅੱਲਾ 2030 ਤੱਕ ਇਨਸ਼ਾਅੱਲਾ ਪਾਕਿਸਤਾਨ ਏਸ਼ੀਅਨ ਟਾਈਗਰ ਦੇ ਵਿੱਚ ਹੋਏਗਾ ਚਲੋ ਮਾਸ਼ਾਅੱਲਾ ਜੀ ਅੱਲਾ ਕਰੇ ਦੂਸਰਾ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਾਂਗਾ ਕਿ ਤੁਸੀਂ ਇਮਰਾਨ ਖਾਨ ਦਾ ਕੀ ਮੁਸਤਕਬਲ ਦੇਖ ਰਹੇ ਹੋ ਅਸੀਂ ਇਮਰਾਨ ਖਾਨ ਦਾ ਮੁਸਤਕਬਲ ਤੇ ਹੁਣ ਕੁਝ ਨਹੀਂ ਦੇਖ ਰਹੇ ਇਨਸ਼ਾਅੱਲਾ ਇੱਕ ਫਿਤਨਾ ਸੀਗਾ ਉਹ ਫਿਤਨਾ ਅਲਹਮਦੁਲਿਲਾ ਅਲਹਮਦੁਲਿਲਾ ਖਤਮ ਹੁੰਦਾ ਜਾ ਰਿਹਾ ਔਰ ਜੋ ਬਾਕੀ ਬਚਿਆ ਉਹ ਵੀ ਇਨਸ਼ਾਅੱਲਾ ਅੰਜਾਮ ਨੂੰ ਪਹੁੰਚ ਜਾਏਗਾ ਇਨਸ਼ਾਅੱਲਾ ਜਲਦੀ ਪਹੁੰਚ ਜਾਏਗਾ ਬਸ ਇਹੀ ਅੰਜਾਮ ਹੈ ਦਾ ਉਹਦੇ ਬਾਰੇ ਕੁਝ ਨਹੀਂ ਕਰ ਸਕਦਾ ਮੁਲਖ ਜਿਸ ਤਬਾਹੀ ਦੇਣ ਲਈ ਆਣਾ ਸੀ ਉਹਨੇ ਖੜਾ ਕਰ ਦਿੱਤਾ ਵਾ ਲੇਕਿਨ ਅਸੀਂ ਹੁਣ ਵੀ ਕਹਿੰਦੇ ਕਿ ਅਗਰ ਜੋ ਲੋਕ ਬਚੇ ਆ ਜਾਂ ਇਹਦੀ ਫੇਵਰ ਚ ਹੈਗੇ ਨੇ ਉਹ ਹਲੇ ਵੀ ਤੋਬਾ ਕਰਕੇ ਕਿਸੇ ਹੋਰ ਪਾਰਟੀ ਨਾਲ ਜੁਆਇਨ ਕਰ ਲੈਣ ਅਸੀਂ ਨਹੀਂ ਕਹਿੰਦੇ ਕਿ ਨੂਨ ਲੀਗ ਨਾਲ ਸਿਆਸਤ ਹਰ ਬੰਦੇ ਦਾ ਹੱਕ ਆ ਕਿਸੇ ਵੀ ਪਾਰਟੀ ਨਾਲ ਜੁਆਇਨ ਕਰ ਲੈਣ ਲੇਕਿਨ ਫਿਤਨੇ ਤੋਂ ਆਪਣੀ ਜਾਨ ਛਡਾਣ ਇੱਕ ਬਹੁਤ ਵੱਡਾ ਫਿਤਨਾ ਪਾਕਿਸਤਾਨ ਦੇ ਵਿੱਚ ਇਲਾਜਰ ਸਾਹਿਬ ਆਖਰੀ ਸਵਾਲ ਇਹ ਆ ਕਿ ਆਪਾਂ ਅਲਹਮਦੁਲਿਲਾ ਮੁਸਲਮਾਨ ਆਂ ਔਰ ਹਜ਼ੂਰ ਪਾਕ ਅਲੈਹ ਸਤੋ ਸਲਾਮ ਨੂੰ ਆਖਰੀ ਨਬੀ ਮੰਨਦੇ ਆਂ ਹਜ਼ੂਰ ਪਾਕ ਅਲੈਹ ਸਤੋ ਸਲਾਮ ਦੇ ਖਿਲਾਫ ਚੱਲਣ ਵਾਲੇ ਕਾਦੀਆਨੀ ਆਂ ਜਿਹੜੇ ਕਿ মুনਕਰੇ ਖਤਮ ਨਬੂਵਤ ਆ ਅਗਰ ਕੋਈ ਸਿਆਸਤਦਾਨ ਆਪਣੇ ਹਲਕੇ ਦਾ ਹੋਵੇ ਜਾਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਤੁਹਾਨੂੰ ਕਹਵੇ ਕਿ ਮੇਰੀ ਸਪੋਰਟ ਕਰੋ ਮੈਨੂੰ ਵੋਟ ਪਾਓ ਔਰ ਉਹਦਾ ਤਾਲੁਕ ਕਾਦੀਆਨੀਆਂ ਨਾਲ ਵੀ ਹੋਵੇ ਤੇ ਤੁਸੀਂ ਉਹਨੂੰ ਸਪੋਰਟ ਜਾਂ ਉਹਦੀ ਵੋਟ ਕਰੋ ਉਹਨੂੰ ਸਪੋਰਟ ਕਰੋਗੇ ਜਾਂ ਉਹਨੂੰ ਵੋਟ ਕਾਸਟ ਕਰੋਗੇ ਕਿਹਦਾ ਬੜਾ ਅੱਛਾ ਸਵਾਲ ਤੁਸੀਂ ਕੀਤਾ ਅਸੀਂ ਅਲਹਮਦੁਲਿਲਾ ਮੁਸਲਮਾਨ ਆ ਔਰ ਅੱਲਾਹ ਤਾਲਾ ਨੇ ਸਾਨੂੰ ਮੁਸਲਮਾਨਾਂ ਦੇ ਘਰ ਚ ਪੈਦਾ ਕੀਤਾ ਤੇ ਆਖਰੀ ਨਬੀ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਸਾਡਾ ਯਕੀਨ ਔਰ ਇਮਾਨ ਪੁਖਤਾ ਅਸੀਂ ਉਮਤ ਵੀ ਆ ਨਬੀ ਦੀ ਔਰ ਸਾਡਾ ਇਮਾਨ ਵੀ ਪੁਖਤਾ ਅਸੀਂ ਬਿਲਕੁਲ ਬਾਈਕਾਟ ਕਰਾਂਗੇ ਚਾਹੇ ਕੋਈ ਸਿਆਸਤਦਾਨ ਹਲਕੇ ਦਾ ਹੋਵੇ ਜਾਂ ਬਾਹਰ ਦਾ ਹੋਵੇ ਜਾਂ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਐਸਾ ਬੰਦਾ ਜਿਹੜਾ ਕਾਦਿਆਨੀ ਔਰ ਮਰਜ਼ਾਈ ਆ ਅੱਸ ਸੱਲਮ ਦਾ মুনਕਰ ਆ ਅਸੀਂ ਸਾਡਾ ਉਹਨਾਂ ਨਾਲ ਕਤ ਤੱਲਕ ਕੋਈ ਨਹੀਂ ਅਸੀਂ ਬਾਈਕਾਟ ਕਰਾਂਗੇ ਇਨਸ਼ਾਅੱਲਾ ਬਹੁਤ ਸ਼ੁਕਰੀਆ ਹੀਰਾ ਜੱਟ ਸਾਹਿਬ ਤੁਸੀਂ ਆਪਣਾ ਟਾਈਮ ਟਾਈਮ ਦਿੱਤਾ ਜੀ ਬਹੁਤ ਸ਼ੁਕਰੀਆ ਕਾਈ ਸਾਹਿਬ ਤੁਹਾਡਾ ਵੀ ਦੁਬਾਰਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੀ ਟੀਮ ਦੇ ਨਾਲ ਸਾਡਾ ਇਹ ਇੰਟਰਵਿਊ ਕੀਤਾ ਮੈਂ ਸ਼ੁਕਰੀਆ ਅਦਾ ਕਰਦਾ ਆਪਣੇ ਭਾਈ ਦਾ ਬਹੁਤ ਸ਼ੁਕਰੀਆ ਨਾਜ਼ਰੀਨ ਜਿਦਾਂ ਕਿ ਤੁਸੀਂ ਅੱਜ ਇੱਕ ਸੀਨੀਅਰ ਨਾਇਬ ਸਰਕਾਰ ਪਾਕਿਸਤਾਨ ਮੁਸਲਮਨ ਲੀਗ ਨੂਨ ਜ਼ਿਲ੍ਹਾ ਸਹੀਵਾਲ ਚੌਧਰੀ ਹੀਰਾ ਜੱਟ ਸਾਹਿਬ ਦਾ ਸਾਡੇ ਨਾਲ ਇੰਟਰਵਿਊ ਦੇਖਿਆ ਸਾਡੇ ਅੱਜ ਦੇ ਮਹਿਮਾਨ ਸੀਗੇ ਉਮੀਦ ਆ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਗੱਲਾਂ ਸਿਆਸਤ ਦੇ حوالے ਨਾਲ ਬਹੁਤ ਪਸੰਦ ਆਈਆਂ ਹੋਣਗੀਆਂ ਇਹ ਸਿਆਸੀ ਤੌਰ ਤੇ ਮੈਂ ਇੰਟਰਵਿਊ ਬਹੁਤ ਘੱਟ ਕਰਦਾ ਵਾਂ ਇਹ ਸਿਆਸਤ ਤੇ ਇੰਟਰਵਿਊ ਅਜੇ ਤੋ ਕੀਤਾ ਵਾ ਕਿ ਬਹੁਤ سارے ਲੋਕ ਜਿਹੜੇ ਨਿਊ ਜਨਰੇਸ਼ਨ ਆ ਨੌਜਵਾਨ ਤਤਾ ਖੂਨ ਆ ਉੱਪਰ ਦਾ ਹੋਇਆ ਖੂਨ ਆ ਉਹ ਗਾਲੀ ਗਲੋਚ ਨੂੰ ਸਿਆਸਤ ਸਮਝਦੇ ਆ ਉਹ ਬਤਮੀਜ਼ੀ ਨੂੰ ਸਿਆਸਤ ਸਮਝਦੇ ਆ ਉਹ ਮੁਖਾਲਫੀਨ ਦੇ ਉੱਤੇ ਅਟੈਕ ਕਰਨ ਨੂੰ ਸਿਆਸਤ ਸਮਝਦੇ ਆ ਚੌਧਰੀ ਹੀਰਾ ਜੱਟ ਸਾਹਮਣੇ ਬਹੁਤ ਹੀ ਸਾਡੀ ਰੈਨਮਾਈ ਕੀਤੀ ਆ ਔਰ ਇਸ ਇੰਟਰਵਿਊ ਮੇਰਾ ਇਸ ਇੰਟਰਵਿਊ ਜਿਹੜੇ ਜਿਹੜੇ ਹਜ਼ਾਰਾਂ ਤੱਕ ਵੀ ਜਾਏਗਾ ਉਮੀਦ ਆ ਕਿ ਉਹ ਸਿਆਸਤ ਨੂੰ ਇਬਾਦਤ ਸਮਝ ਕੇ ਕਰੇਗਾ ਆਪ ਸਮਝ ਕੇ ਕਰੇਗਾ ਔਰ اخلاق ਦੇ دائرے اندر ਰਹਿ ਕੇ ਕਰੇਗਾ ਇਸ ਪੈਗਾਮ ਦੇ ਨਾਲ ਮੈਨੂੰ ਦੋ ਇਜਾਜ਼ਤ انشاءاللہ ਕਿਸੇ ਹੋਰ ਇੰਟਰਵਿਊ ਦੇ ਵਿੱਚ ਤੁਹਾਡੇ ਨਾਲ ਮਿਲਦੇ ਆ ਰੱਬ ਰਾਖਾ ਜੀ